ਅਤੇ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਅਸੀਂ ਅੱਜ ਪੰਚਾਇਤੀ ਚੋਣਾਂ ਹੋਣੀਆਂ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣੀਆਂ ਔਰ ਬਲਾਕ ਸਮਿਤੀ ਦੀਆਂ ਚੋਣਾਂ ਹੋਣੀਆਂ ਸੈਪਟੈਂਬਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਐਲਾਨ ਹੋ ਚੁੱਕਿਆ ਲੇਕਿਨ ਡੇਟ ਜਦ ਆਏਗੀ ਉਹ ਵੀ ਅਸੀਂ ਤੁਹਾਨੂੰ ਦੱਸ ਦੇਵਾਂਗੇ ਲੇਕਿਨ ਡਿਜ਼ੋਲਵ ਹੋ ਚੁੱਕੀਆਂ ਉੱਥੇ ਡਿਪਟੀ ਕਮਿਸ਼ਨਰਾਂ ਦੀ ਡਿਊਟੀ ਲਾ ਦਿੱਤੀ ਗਈ ਹੈ ਅਤੇ ਫਿਲਹਾਲ ਹੁਣ ਕਮਾਨ ਉਹਨਾਂ ਵੱਲੋਂ ਸੰਭਾਲੀ ਜਾ ਰਹੀ ਹੈ ਅਤੇ ਇੱਕ ਨੋਟਿਸ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਗਿਆ ਸਵਾਲ ਇੱਥੇ ਬਣਦੇ ਨੇ ਕਿ ਚਲੋ ਚੋਣਾਂ ਤਾਂ ਹੋ ਰਹੀਆਂ ਹੁਣ ਉੱਥੇ ਹੋਣਗੀਆਂ ਜਿਸ ਤਰੀਕੇ ਨਾਲ ਸਾਨੂੰ ਮਿਸਟਰ ਸ਼ਰਮਾ ਨੇ ਦੱਸਿਆ ਸੀਗਾ ਕਿ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਸਰਕਾਰ ਕੀ ਕਿ ਜਦ ਉਹਨਾਂ ਨੇ ਹਲਕੇ ਦੇ ਚੋਣਾਂ ਨੂੰ ਫਤਿਹ ਕਰ ਲਿਆ ਮਿਊਂਸੀਪਲ ਵਾਰਡਾਂ ਨੂੰ ਫਤਿਹ ਕਰ ਲਿਆ ਉਸ ਤੋਂ ਬਾਅਦ ਹੁਣ ਉਹਨਾਂ ਦੀ ਤਿਆਰੀ ਹੈ ਕਿ ਅਸੀਂ ਪੰਚਾਇਤ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਨੂੰ ਵੀ ਫਤਿਹ ਕਰ ਲਈਏ ਚਲੋ ਲੇਕਿਨ ਫਤਿਹ ਤਾਂ ਕਰ ਲਈਏ ਲੇਕਿਨ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਇੱਕ ਰਿਫੋਰਮ ਦੀ ਵੀ ਜ਼ਰੂਰਤ ਹੈਗੀ ਹੈ ਜਿਵੇਂ ਪੜੋਸੀ ਸੂਬਾ ਹਰਿਆਣੇ ਦੇ ਵਿੱਚ ਇਹ ਤਜਵੀਜ਼ ਉੱਥੇ ਰੱਖੀ ਗਈ ਔਰ ਲੋਅ ਪਾਸ ਹੋਇਆ ਕਿ ਜਿਹੜਾ ਸਰਪੰਚ ਹੈ ਉਹ ਘੱਟ ਤੋਂ ਘੱਟ ਮੈਟ੍ਰਿਕ ਪਾਸ ਹੋਣਾ ਚਾਹੀਦਾ ਔਰ ਇਹ ਵੀ ਰਿਫੋਰਮ ਦੇ ਵਿੱਚ ਤਜਵੀਜ਼ ਰੱਖੀ ਗਈ ਹੈ ਕਿ ਜਿਹਦੇ ਘਰ ਦੇ ਵਿੱਚ ਦੋ ਜਵਾਕ ਨੇ ਉਹ ਹੀ ਐਲੀਜੀਬਲ ਹੈਗਾ ਫੋਰਮ ਭਰਨ ਦੇ ਲਈ ਕੈਂਡੀਡੇਟ ਦਾ ਪੰਚਾਇਤੀ ਦਾ ਅਤੇ ਨਾਲ ਇਹ ਵੀ ਖਬਰ ਸਾਨੂੰ ਸਾਹਮਣੇ ਆ ਰਹੀ ਕਿ ਹਜੇ ਤੱਕ ਜਿਹੜੇ ਪਿਛਲੇ ਪੰਚਾਇਤ ਸਰਪੰਚ ਨੇ ਉਹਨਾਂ ਨੇ ਪੰਚਾਇਤੀ ਰਿਕਾਰਡ ਜਿਹੜਾ ਬਲਾਕ ਡਿਵਲਪਮੈਂਟ ਆਫਿਸਰ ਨੂੰ ਵੀ ਨਹੀਂ ਦਿੱਤਾ ਉਹ ਵੀ ਕੀ ਕਮੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਲ ਇੱਥੇ ਇੱਕ ਹੋਰ ਵੀ ਇਹ ਬਣਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਪਟੀਸ਼ਨ ਦੇ ਆਧਾਰ 'ਤੇ ਨੋਟਿਸ ਜਾਰੀ ਕੀਤਾ ਕਿ ਤੁਸੀਂ ਇਸ ਵਾਰ ਦੀ ਜਿਹੜੀ ਚੋਣਾਂ ਹੈਗੀਆਂ ਉਹ EVM ਤੋਂ ਕਰਾਓ ਨਾ ਕਿ ਬੈਲਟ ਪੇਪਰ ਤੋਂ ਕਰਾਓ ਅਤੇ ਇਸ ਵਾਰ ਕੁਝ ਇਹ ਰਿਫੋਰਮ ਦੀਆਂ ਗੱਲਾਂ ਪੰਜਾਬ ਦੇ ਵਿੱਚ ਹੋ ਰਹੀਆਂ ਕਿ ਜੋ ਸਪਟੈਂਬਰ ਦੇ ਵਿੱਚ ਚੋਣਾਂ ਹੋਣਗੀਆਂ ਉਹਦੇ ਵਿੱਚ ਇਹ ਕੁਝ ਖਬਰ ਸਾਹਮਣੇ ਆ ਰਹੀਆਂ ਹਨ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਜੁੜੇ ਹੋਏ ਨੇ ਮਿਸਟਰ ਸ਼ਰਮਾ ਅਤੇ ਮਿਸਟਰ ਸ਼ਰਮਾ ਮੈਂ ਇੱਥੇ ਇੱਕ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਜਿਹੜੀ ਰਿਫੋਰਮ ਦੀ ਗੱਲ ਅਸੀਂ ਕਰ ਰਹੇ ਹਾਂ ਇਹ ਲੋੜ ਹੈਗੀ ਆ ਵਾਕਈ ਪੰਜਾਬ ਦੇ ਵਿੱਚ ਜੇਕਰ ਚੋਣਾਂ ਕਰਾਉਣੀਆਂ ਸਪਟੈਂਬਰ ਦੇ ਵਿੱਚ ਦੇਖੋ ਕਿ ਵਾਈ ਯੂ ਨੀਡ ਅ ਰਿਫੋਰਮ ਯੂ ਨੀਡ ਅ ਰਿਫੋਰਮ ਟੂ ਕਲੀਨ ਦ ਸਿਸਟਮ ਟੂ ਮੇਕ ਇਟ ਮੋਰ ਟ੍ਰਾਂਸਪੇਰੈਂਟ ਟੂ ਮੇਕ ਇਟ ਮੋਰ ਰਿਸਪੋਂਸੀਬਲ ਇਫ ਯੂ ਰਿਮੈਂਬਰ ਪੰਜਾਬ ਐਂਡ ਹਿੰਦੁਸਤਾਨ ਦੇ ਵਿੱਚ ਜਿਹੜੇ ਚੋਣ ਕਰਾਉਂਦੇ ਆ ਚੋਣ ਕਮਿਸ਼ਨ ਕਰਾਉਂਦਾ ਹੈ ਇੰਡੀਅਨ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਇਟ ਇਜ਼ ਵਨ ਆਫ ਦਾ ਬੈਸਟ ਯੂ ਨੋ ਗਿਵਿੰਗ ਰਿਜ਼ਲਟ ਗਿਵਿੰਗ ਏਜੰਸੀ ਇਨ ਦਾ ਵਰਲਡ ਜਦੋਂ ਇਹਦੇ ਇੱਕ ਚੋਣ ਕਮਿਸ਼ਨਰ ਹੁੰਦੇ ਸੀ ਟੀ ਐਨ ਸੇਸ਼ਨ ਕਈ ਸਾਲ ਪਹਿਲਾਂ ਉਹ ਇੱਕ ਚੋਣ ਰਿਫੋਰਮ ਇਲੈਕਟੋਰਲ ਰਿਫੋਰਮਸ ਦੀ ਪੂਰੀ ਅਵਧਾਰਨਾ ਨੂੰ ਲੈ ਕੇ ਆਏ ਉਸ ਤੋਂ ਬਾਅਦ ਤੁਸੀਂ ਨੋਟਿਸ ਕੀਤਾ ਹੋਣਾ ਕਿ ਪਿਛਲੇ ਕਈ ਸਾਰੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਕੋਈ ਪੋਸਟਰ ਨਹੀਂ ਹੁੰਦੇ ਕੋਈ ਗੱਡੀਆਂ ਦਾ ਸ਼ੋਰ ਨਹੀਂ ਹੁੰਦਾ ਕਿਸੇ ਕੈਂਡੀਡੇਟ ਦੇ ਪਿੱਛੇ ਕਿੰਨੀਆਂ ਗੱਡੀਆਂ ਚੱਲਣਗੀਆਂ ਕਿਹੜਾ ਕੈਂਡੀਡੇਟ ਕਿੰਨਾ ਖਰਚ ਕਰੇਗਾ ਆਪਣਾ ਇੱਕ ਦਿਨ ਦਾ ਇੰਨਾ ਹੀ ਖਰਚ ਕਰ ਸਕਦਾ ਹੈ ਇੰਨਾ ਹੀ ਪੋਸਟਰ ਲਗਾ ਸਕਦਾ ਹੈ ਇੰਨਾ ਹੀ ਲਾਊਡ ਸਪੀਕਰ ਲਗਾ ਸਕਦਾ ਹੈ ਕਿੰਨੀ ਸਿਕਿਉਰਿਟੀ ਰਹੇਗੀ ਮਤਲਬ ਯੂ ਹੈਵ ਸੀਨ ਦਿਸ ਡਰਾਮੈਟਿਕ ਚੇਂਜ in the total electoral reforms in India. Yes, we can see a transparency. This credit goes to TN Session, who was the election commissioner of India. Mm-hmm. Now, if we can see the electoral reforms in the Lok Sabha elections and in the Vidhan Sabha elections, mm-hmm. I always feel ਇਹ ਜਿਹੜਾ ਇਲੈਕਟੋਰਲ ਰਿਫੋਰਮਸ ਹੈ ਜਾਂ ਟ੍ਰਾਂਸਪੇਰੈਂਸੀ ਹੈ ਜਾਂ ਬੈਟਰ ਪਰਫਾਰਮੈਂਸ ਹੈ ਇਹ ਨੀਚੇ ਗਰਾਊਂਡ ਲੈਵਲ ਤੇ ਵੀ ਕਿਉਂ ਨਾ ਹੋਏ ਕਿਉਂਕਿ ਪੰਜਾਬ ਦੀ ਜਿਹੜੀ ਰੂਹ ਵਸਦੀ ਉਹਦੇ ਪਿੰਡਾਂ 'ਚ ਵਸਦੀ ਹੈ ਪੰਜਾਬ ਦਾ ਜਿਹੜਾ ਸਾਰਾ ਕਲਚਰ ਹੈ ਐਗਰੀਕਲਚਰ ਸਾਰਾ ਕੁਛ ਲੋਕਾਂ ਦਾ ਪੂਰਾ ਜੁੜਿਆ ਸਾਈਕੋਲੋਜੀਕਲ ਮੈਨੂੰ ਪਿਛਲੀਆਂ ਚੋਣਾਂ ਯਾਦ ਹੈਗੀ ਹੈ ਮਿਸਟਰ ਸ਼ਰਮਾ ਆਈ ਕੈਨ ਰਿਮੈਂਬਰ ਕਿ ਜਦ ਪਿਛਲੀ ਵਾਰ ਚੋਣਾਂ ਹੋਈ ਸੀਗੀਆਂ ਬਹੁਤ ਬੂਥ ਕੈਪਚਰਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਸੀਗੀਆਂ ਕੁੱਟਮਾਰ ਦੀਆਂ ਖਬਰਾਂ ਸਾਹਮਣੇ ਆਈ ਸੀਗੀਆਂ ਗੁੰਡਾਗਰਦੀ ਦੀਆਂ ਖਬਰਾਂ ਸਾਹਮਣੇ ਆਈਆਂ ਸੀਗੀਆਂ ਅਤੇ ਉਹਦੇ ਉੱਤੇ ਲਗਾਮ ਜਿਹੜੀ ਹੈ ਕੱਸੀ ਜਾ ਸਕਦੀ ਹੈ ਜੇਕਰ EVM ਦੇ ਨਾਲ ਵੋਟਾਂ ਕਰਾਈਆਂ ਜਾਣ ਕੀ EVM ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਭਾਰਤ ਦੇ ਅੰਦਰ ਇਹ ਵੀ ਗੱਲ ਇੱਕ ਵਾਰੀ ਦੱਸ ਦਿਓ ਸਾਨੂੰ EVM ਦੇ ਉੱਤੇ ਨੂੰ ਲੈ ਕੇ ਆਲਰੇਡੀ ਬੜੀ ਲੰਬੀ ਕੰਟਰੋਵਰਸੀ ਚੱਲ ਰਹੀ ਹੈ BJP ਔਰ ਦੂਜੀਆਂ ਪਾਰਟੀਆਂ ਦੇ ਵਿੱਚ ਦੈਟ ਇਜ਼ ਆਲਸੋ ਬਟ ਸਟਿਲ ਨਾਓ ਦਾ ਸਿਸਟਮ ਹੈਜ਼ ਪ੍ਰੂਵਡ ਦਾ EVM ਇਜ਼ ਮੋਰ ਰਿਲਾਇਬਲ ਦੈਨ ਦੀ ਬੈਲਟ ਪੇਪਰ ਐਂਡ ਉਹਦੀ ਹੀ ਇੱਕ ਲੋੜ ਇੱਥੇ ਮਹਿਸੂਸ ਕੀਤੀ ਜਾ ਰਹੀ ਹੈ ਕਿ ਵਾਈ ਨੋਟ EVM ਟੂ ਬੀ ਯੂਜ਼ ਇਨ ਜ਼ਿਲ੍ਹਾ ਪਰਿਸ਼ਦ ਐਂਡ ਗ੍ਰਾਮ ਪੰਚਾਇਤ ਚੋਣ ਆਲਸੋ ਕਿਉਂਕਿ ਇੱਥੇ ਬੈਲਟ ਪੇਪਰ ਦੇ ਵਿੱਚ ਧੱਕੇ ਪਿੰਡਾਂ ਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸਾਂ ਜਿਹੜੇ ਚੋਣ ਕਮਿਸ਼ਨ ਦੇ ਬੰਦੇ ਨੇ ਉਹਨਾਂ ਨੇ ਪਟੀਸ਼ਨ ਪਾਈ ਸੀਗੀ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੇ ਨੇ ਆਪਾਂ ਹਰ ਵਿਲੇਜ ਲੈਵਲ ਦੇ ਉੱਤੇ ਕਾਊਂਟਿੰਗ ਨਾ ਕਰਾਓ ਇਹਨੂੰ ਸਿਰਫ ਬਲਾਕ ਲੈਵਲ ਤੇ ਕਾਊਂਟਿੰਗ ਕਰਾਓ ਕਿ ਜਦੋਂ ਪਿੰਡ ਦੇ ਵਿੱਚ ਅਸੀਂ ਰਾਤੀ ਵੋਟਾਂ ਗਿਣਦੇ ਹਾਂ ਲੋਕੀ ਸ਼ਰਾਬ ਪੀ ਕੇ ਆ ਕੇ ਸਾਨੂੰ ਧਮਕਾਉਂਦੇ ਨੇ ਔਰ ਜੇ ਅਸੀਂ ਕਹਿੰਦੇ ਹਾਂ ਕਿ ਫਲਾਣਾ ਸਵਰਨ ਸਿੰਘ ਹਾਰ ਗਿਆ ਤੇ ਸੁੱਚਾ ਸਿੰਘ ਜਿੱਤ ਗਿਆ ਤੇ ਸਵਰਨ ਸਿੰਘ ਦੇ ਬੰਦੇ ਆ ਕੇ ਸਾਨੂੰ ਪੁੱਟ ਜਾਂਦੇ ਨੇ ਰਾਤੀ ਆ ਕੇ ਤੇ ਉਹਨਾਂ ਨੇ ਇਹ ਵੀ ਪਟੀਸ਼ਨ ਪਾਈ ਸੀ ਕਿ ਉਹਨਾਂ ਨੇ ਕਿਹਾ ਸਾਨੂੰ ਬਲਾਕ ਹਰ ਪਿੰਡ ਦੇ ਵਿੱਚ ਕਾਊਂਟਿੰਗ ਨਾ ਕਰਾਓ ਇਹਨੂੰ ਸਿਰਫ ਬਲਾਕ ਲੈਵਲ ਤੇ ਕਰਾਓ ਇਹ ਵੀ ਪਟੀਸ਼ਨ ਇਜ਼ ਆਲਰੇਡੀ ਇਨ ਦ ਕੰਸਟੀਟਿਊਸ਼ਨ ਆਫ ਪੰਜਾਬ ਹਰਿਆਣਾ ਹਾਈ ਕੋਰਟ ਔਰ ਇਹ ਵੀ ਗੱਲ ਹੋਈ ਕਿ ਲੈਟਸ ਡੂ ਐਵਰੀਥਿੰਗ ਵਿਦ ਦੀ EVM ਜਿਹਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਐਂਡ
ਦਿਸ ਪ੍ਰੋਸੈਸ ਇਜ਼ ਆਲਰੇਡੀ ਇਨ ਦੀ ਕੋਰਟ ਕੋਰਟ ਦਾ ਫਾਈਨਲ ਫੈਸਲਾ ਇਹਦੇ ਤੇ ਆਉਣਾ ਤੇ ਇਹ ਚੀਜ਼ ਹੈਗੀ ਵੈਨ ਯੂ ਟਾਕ ਅਬਾਊਟ ਰਿਫੋਰਮਸ ਮੈਂ ਵੀ ਕਹਿਣਾ ਕਿ ਰਿਫੋਰਮਸ ਕਿਉਂ ਨਾ ਹੋਣ ਨੀਚੇ ਦੇ ਲੈਵਲ ਤੇ ਗਰਾਊਂਡ ਲੈਵਲ ਤੇ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਜਿਹੜੇ ਸਾਡਾ ਪੰਜਾਬ ਦਾ ਇੱਕ ਕਲਚਰ ਹੈ ਜਾਂ ਪੰਜਾਬ ਦੀ ਜਿਹੜੀ ਇਕਨੋਮਿਕ ਜਿਹੜੀ ਸਟਰਕਚਰ ਹੈ ਉਹਦੇ ਵਿੱਚ ਪਿੰਡਾਂ ਦੇ ਵਿੱਚ ਬੜੀ ਉਹਦਾ ਅਹਿਮੀਅਤ ਹੈਗੀ ਹੈ ਪਿੰਡਾਂ ਦੇ ਵਿੱਚ ਸਰਪੰਚ ਜਿਹੜਾ ਹੁੰਦਾ ਸਰਪੰਚ ਦੇ ਹੱਥ 'ਚ ਬੜੀ ਵੱਡੀ ਪਾਵਰ ਹੁੰਦੀ ਹੈ ਔਰ ਤੁਸੀਂ ਇਹ ਵੀ ਮੰਨ ਕੇ ਚੱਲੋ ਕਿ ਸਰਕਾਰ ਦੀਆਂ ਜਿੰਨੀਆਂ ਸਕੀਮਾਂ ਜਿੰਨਾ ਉਹਨਾਂ ਦਾ ਯੋਜਨਾਵਾਂ ਦਾ ਪੈਸਾ ਹੁੰਦਾ ਅਲਟੀਮੇਟਲੀ ਇਟ ਗੋਸ ਟੂ ਅ ਸਰਪੰਚ ਉਹ ਸਰਪੰਚ ਹੀ ਅੱਗੇ ਵੰਡਦਾ ਹੈ ਹੁਣ ਸਰਪੰਚ ਅਗਰ ਇਮਾਨਦਾਰ ਹੋਏਗਾ ਸਰਪੰਚ ਇਮਾਨਦਾਰ ਤਾਂ ਹੋਏਗਾ ਹੋਏਗਾ ਲੇਕਿਨ ਹੁਣ ਇਹ ਸਵਾਲ ਇੱਥੇ ਇਹ ਬਣ ਰਿਹਾ ਕਿ ਕੀ ਸਾਡਾ ਸਰਪੰਚ ਮੈਟ੍ਰਿਕ ਪਾਸ ਹੈ ਇਹ ਲੋੜ ਹੈ ਪੰਜਾਬ ਦੇ ਵਿੱਚ ਉਹਦੇ ਵਾਸਤੇ ਹਾਂ ਉਹ ਰਿਫੋਰਮਸ ਵਾਲੀ ਗੱਲ ਹੈ ਕਿ ਹੁਣ ਜਿਹੜਾ ਹਰਿਆਣਾ ਨੇ ਇੱਕ ਐਗਜ਼ਾਮਪਲ ਪੇਸ਼ ਕੀਤਾ ਹਰਿਆਣਾ ਇਜ਼ ਦੀ ਅਨਦਰ ਬੀਜੇਪੀ ਰੂਲਡ ਸਟੇਟ ਇਸ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਹੋਇਆ ਹਰਿਆਣਾ ਨੇ ਐਗਜ਼ਾਮਪਲ ਪੇਸ਼ ਕੀਤਾ ਕਿ ਜਿਹੜਾ ਸਰਪੰਚ ਅਸੀਂ ਚੁਣੀਏ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਤੇ ਹੋਵੇ ਸਾਈਨ ਤੇ ਕਰ ਸਕੇ ਚਾਰ ਲੋਕਾਂ ਨਾਲ ਗੱਲ ਤੇ ਕਰ ਸਕੇ ਉਹਨੂੰ ਲੈ ਕੇ ਹਰਿਆਣਾ ਦੇ ਵਿੱਚ ਵੀ ਤੁਸੀਂ ਮੰਨ ਕੇ ਚੱਲੋ ਕਿ ਜੋ ਇੰਡੀਆ ਦਾ ਸਿਸਟਮ ਹੈ ਉਸ ਸਿਸਟਮ ਦੇ ਖਿਲਾਫ ਬੜੇ ਲੋਕੀ ਨੇ ਵਿਰੋਧ ਕੀਤਾ ਪਿੰਡਾਂ ਵਾਲੇ ਲੋਕੀ ਸੜਕਾਂ ਤੇ ਆ ਗਏ ਕਿ ਜੀ ਤੁਸੀਂ ਮੈਟ੍ਰਿਕ ਬਿਲਕੁਲ ਬਿਲਕੁਲ ਮਿਸਟਰ ਸ਼ਰਮਾ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਰੋਕੂੰਗਾ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਰੋਕੂੰਗਾ ਗੱਲ ਮੈਂ ਭੁੱਲਣਾ ਚਾਹਾਂ ਮੈਨੂੰ ਇੱਕ ਗੱਲ ਚੇਤੇ ਆਈ ਹੈ ਇੱਕ 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 ਜ਼ਮਾਨਾ ਸੀਗਾ ਇੱਕ ਸਾਲ ਸੀਗਾ ਕਿ ਜਦ ਪੰਜਾਬ ਜਿਹੜਾ ਸੀਗਾ ਉਹ ਹਰਿਆਣੇ ਤੋਂ ਅੱਗੇ ਚੱਲਦਾ ਸੀਗਾ ਲੇਕਿਨ ਜਿਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਲੋਅ ਦੇ ਅੰਦਰ ਰਿਫੋਰਮਸ ਹੋਏ ਨੇ ਉਸ ਤੋਂ ਬਾਅਦ ਹੁਣ ਬੜੀ ਹੀ ਮੈਨੂੰ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਹਰਿਆਣਾ ਜਿਹੜਾ ਉਹ ਪੰਜਾਬ ਤੋਂ ਅੱਗੇ ਚਲਾ ਗਿਆ ਇਨ ਟਰਮਸ ਆਫ ਲੋਅ ਐਂਡ ਆਰਡਰ ਇਨ ਟਰਮਸ ਆਫ ਰੈਵਨਿਊ ਇਨ ਟਰਮਸ ਆਫ ਦੇਅਰ ਡਿਵਲਪਮੈਂਟ ਇਹਦਾ ਕਾਰਨ ਇਹ ਹੈ ਕਿ ਉੱਥੇ ਜਿਹੜਾ ਰਿਫੋਰਮ ਹੋਇਆ ਜੀ ਪੰਜਾਬ ਦੇ ਵਿੱਚ ਹੋਰ ਰੀਜ਼ਨ ਨੇ ਹੁਣ ਡਰੱਗਸ ਇਜ਼ ਦਾ ਮੇਨ ਰੀਜ਼ਨ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਸੁਸਾਇਟੀ ਇਜ਼ ਅਨਦਰ ਰੀਜ਼ਨ ਉਹ ਇੱਕ ਦੇਖੋ ਪੰਜਾਬ ਦੇ ਇਕਨੋਮਿਕ ਰੀਜ਼ਨ ਹੋਰ ਨੇ ਸਾਡੇ ਮੁੰਡੇ ਜਿਹੜੇ ਮੋਸਟ ਆਫ ਦਾ ਪੀਪਲ ਫਰੋਮ ਪੰਜਾਬ ਆਰ ਮਾਈਗ੍ਰੇਟਿੰਗ ਅਬਰੋਡ ਠੀਕ ਹੈ ਉਸ ਤੋਂ ਬਾਅਦ ਇੰਟਾਇਰ ਇਕਨੋਮੀ ਇਜ਼ ਸਫਰਿੰਗ ਬਿਕੋਜ਼ ਆਫ ਦੀ ਡਰੱਗਸ ਬਿਕੋਜ਼ ਆਫ ਦੀ ਫਾਰਮਰ ਸੁਸਾਇਟ ਔਰ ਇਹ ਚੀਜ਼ ਹੈ ਕਿ ਹੁਣ ਜਿਹੜਾ ਕੰਸਨਟ੍ਰੇਸ਼ਨ ਗੌਰਮੈਂਟ ਦਾ ਸੀਗਾ ਇੰਨੇ ਸਾਲਾਂ ਤੋਂ ਇਹੀ ਚੱਲ ਰਿਹਾ ਸੀ ਡਰੱਗਸ ਹਟਾਓ ਚਿੱਟਾ ਖਤਮ ਕਰੋ ਉੜਦਾ ਪੰਜਾਬ ਫਲਾਣਾ ਪੰਜਾਬ ਲੋਕੀ ਇਹੀ ਕਰਦੇ ਫਿਰਦੇ ਸੀ ਉੱਧਰ ਹਰਿਆਣਾ ਨੇ ਇਹ ਕਰਤਾ ਕਿ ਠੀਕ ਹੈ ਇਟਸ ਕਲੀਅਰ ਕੱਟ ਬੀਜੇਪੀ ਰੂਲਡ ਗਵਰਮੈਂਟ ਬੀਜੇਪੀ ਦੀ ਸੈਂਟਰ 'ਚ ਗਵਰਮੈਂਟ ਹੈ ਦੇ ਹੈਵ ਇੰਟਾਇਰ ਸਪੋਰਟ ਫਰੋਮ ਦਾ ਸੈਂਟਰ ਦੇ ਆਰ ਮੋਰ ਕੰਫੀਡੈਂਟ ਦੇ ਆਰ ਪਰਫੋਰਮਿੰਗ ਬੈਟਰ ਲੈਟਸ ਸੇ ਇਟ ਦਿਸ ਵੇ ਤੇ ਇਸ ਆਪਣਾ ਜਿਹੜਾ ਪੰਜਾਬ ਸੀਗਾ ਦਿਸ ਵਾਸ ਕਮਿੰਗ ਇਨ ਟੂ ਦੀ ਪੋਲੀਟੀਕਲ ਟਰਮੋਇਲ ਕਦੀ ਇਸ ਕਦੀ ਉਹ ਕਦੀ ਹੈ ਆਪਾਂ ਇਸ ਲੜਾਈ ਝਗੜੇ 'ਚ ਪਏ ਰਹੇ ਲੈਟਸ ਕਲੀਅਰ ਦਿਸ ਹਰਿਆਣਾ ਨੇ ਉਹ ਮਾਰਕਾ ਲੈ ਲਿਆ ਹਰਿਆਣਾ ਨੇ ਆਪਣੇ ਪੰਚਾਇਤੀ ਰਾਜ ਐਕਟ ਨੂੰ ਫੇਰ ਬਦਲ ਕਰਕੇ ਉਹਨੇ ਰਿਫੋਰਮਸ ਕਰ ਦਿੱਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਰਿਫੋਰਮਸ ਹੋਣੇ ਨੇ ਕਿਉਂਕਿ ਦੋ ਤਿੰਨ ਮਹੀਨੇ ਤੋਂ ਮੈਂ ਸਟੇਟਮੈਂਟਾਂ ਸੁਣ ਰਿਹਾ ਪੰਚਾਇਤੀ ਰਾਜ ਮੰਤਰੀ ਦੀਆਂ ਕਿ ਅਸੀਂ ਕੈਬਨਿਟ 'ਚ ਡਿਸਕਸ ਕਰਾਂਗੇ ਅਸੀਂ ਕੈਬਨਿਟ ਦੇ ਵਿੱਚ ਇਹ ਚੀਜ਼ ਲਿਆਵਾਂਗੇ ਬਟ ਨਥਿੰਗ ਹੈਜ਼ ਬੀਨ ਫਰੂਟਫੁਲ ਨਾਓ ਸਿੰਸ ਦੇ ਹੈਵ ਅਨਾਊਂਸ ਦੀ ਇਲੈਕਸ਼ਨਸ ਤੇ ਘੱਟ ਤੋਂ ਘੱਟ ਹੁਣ ਤੇ ਉਹਨਾਂ ਨੂੰ ਫਟਾਫਟ ਫੈਸਲਾ ਲੈਣਾ ਚਾਹੀਦਾ ਹੈ ਕਿ ਆਰ ਦੇ ਗੋਇੰਗ ਟੂ ਇੰਪਲੀਮੈਂਟ ਦਿਸ ਮੈਟ੍ਰਿਕ ਵਾਲੀ ਚੀਜ਼ ਜੇਕਰ ਦੋ ਬੱਚੇ ਹੋਣਗੇ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਖਾਸ ਤੌਰ 'ਤੇ ਜਨਸੰਖਿਆ ਜ਼ਿਆਦਾ ਹੁੰਦੀ ਹੈ ਉੱਥੇ ਜ਼ਿਆਦਾ ਪ੍ਰਫੁੱਲਿਤ ਹੁੰਦੀ ਹੈ ਅਤੇ ਜੇਕਰ ਦੋ ਬੱਚੇ ਹੋਣਗੇ ਤਾਂ ਹੀ ਉਹਨੂੰ ਟਿਕਟ ਮਿਲੇਗੀ ਤਾਂ ਹੀ ਉਹ ਚੋਣਾਂ ਲੜ ਸਕਦਾ ਜਿਵੇਂ ਹਰਿਆਣਾ ਨੇ ਇਸ ਕਾਈਂਡ ਆਫ ਰਿਫੋਰਮਸ ਆ ਮੈਂ ਕਹਿ ਰਿਹਾ ਉਹ ਭਾਵੇਂ ਹੁਣ ਪੰਜਾਬ ਭਾਵੇਂ ਆਪਣੀ ਵੱਲੋਂ ਇੱਕ ਅੱਧੀ ਸ਼ਰਤ ਹੋਰ ਲਾ ਦੇ ਪੰਜਾਬ ਭਾਵੇਂ ਇੱਕ ਅੱਧੀ ਸ਼ਰਤ ਨਾ ਲਾਏ ਇਹ ਹੁਣ ਮੈਂ ਕਹਿ ਰਿਹਾ ਜੋ ਵੀ ਹੋਏ ਲੈਟਸ ਦ ਸਿਸਟਮ ਬੀ ਮੋਰ ਟਰਾਂਸਪੇਰੈਂਟ ਲੈਟ ਦੀ ਦੇਅਰ ਸ਼ੁੱਡ ਬੀ ਸਮ ਰਿਫੋਰਮਸ ਜੋ ਇੰਨੇ ਸਾਲਾਂ ਤੋਂ ਇਹ ਘੁੱਟ ਰਹੇ ਅਤੇ ਚੱਲਦੀ ਆ ਰਹੀ ਚੀਜ਼ਾਂ ਉਹਨੂੰ ਨਹੀਂ ਹੋਣਾ ਚਾਹੀਦਾ ਅਗਰ ਅਸੀਂ ਕਹੀਏ ਸਾਡਾ ਇਲੈਕਟ੍ਰੋਨਲ ਰਿਫੋਰਮ ਜਿਹੜਾ ਹੈਗਾ ਉਹ ਜ਼ਿਆਦਾ ਰਿਸਪੋਂਸੀਬਲ ਹੋਏ ਟਰਾਂਸਪੇਰੈਂਟ ਹੋਏ ਤਾਂ ਵਿਲੇਜ ਲੈਵਲ 'ਤੇ ਕਿਉਂ ਨਾ ਹੋਏ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਾ ਹੋਏ ਸਾਡੇ ਸਰਪੰਚ ਵੀ ਪੜ੍ਹੇ ਲਿਖੇ ਕਿਉਂ ਨਾ ਹੋਣ ਸਾਡੇ ਜਿਹੜੇ ਸਰਪੰਚ ਨੇ ਉਹ ਜ਼ਿਆਦਾ ਟਰਾਂਸਪੇਰੈਂਟ ਕਿਉਂ ਨਾ ਹੋਣ ਦੇ ਸ਼ੁੱਡ ਬੀ ਮੋਰ ਰਿਸਪੋਂਸੀਬਲ ਉਹ ਆਪਣੇ ਰਿਕਾਰਡ ਪੂਰੇ ਰੱਖਣ ਪੰਚਾਇਤ ਦਾ ਰਿਕਾਰਡ ਪੂਰਾ ਰੱਖਣ ਬਿਲਕੁਲ ਅਗਰ ਮੈਂ ਇਸ ਗੱਲ ਤੋਂ ਸਹਿਮਤ ਹਾਂ ਅਗਰ ਘਰ ਦੇ ਵਿੱਚ ਕੋਈ ਤਕਲੀਫ ਹੈ ਕਿਸੇ ਵੀ ਵਸਨੀਕ ਨੂੰ ਤਾਂ ਉਹ ਐਮਐਲਏ ਔਰ ਮਿਊਂਸੀਪਲ ਕਾਰਪੋਰੇਟਰ ਨੂੰ ਬਾਅਦ 'ਚ ਜਾਂਦਾ ਪਹਿਲੇ ਉਹ ਸਰਪੰਚ ਦੇ ਕੋਲ ਜਾਂਦਾ ਪਿੰਡਾਂ ਦੇ ਵਿੱਚ ਤੇ ਸਰਪੰਚ ਹੀ ਮਾਲਕ ਹੈ ਨਾ ਜੀ ਜਿੱਦਾਂ ਕਹਿੰਦੇ ਨਾ ਕਿ ਕਹਿੰਦੇ ਤੇ ਥਾਣੇ ਦਾ ਮਾਲਕ SHO ਤੇ ਜ਼ਿਲ੍ਹੇ ਦਾ MLA ਇੱਦਾਂ ਪਿੰਡ ਦਾ ਮਾਲਕ ਸਰਪੰਚ ਜੋ ਸੁੱਖ ਦੁੱਖ ਚੰਗਾ ਮਾੜਾ ਹੋਏਗਾ ਜੋ ਲੈਣਾ ਦੇਣਾ ਉਹ ਸਰਪੰਚ ਨਹੀਂ ਕਰਨਾ ਲੇਕਿਨ ਉਹ ਸਰਪੰਚ ਕਾਬਲ ਹੋਏਗਾ ਜੇਕਰ ਆਪ ਪੜ੍ਹਿਆ ਲਿਖਿਆ ਹੋਏ
हाँ जो सरपंच काबल होंगे, पढ़े लिखे होंगे, सरपंच थोड़े ट्रांसपेरेंट होंगे, थोड़े उत्साह वाले होंगे, तो वो जो सब तो वड्डी गल इलेक्शन क्यों करवा रही सरकार, क्यों उन्हां दी अंडरस्टैंडिंग वाले होंगे, उन्हां दी गल सुनने वाले होंगे, उन्हां दी स्कीमां नूं इंप्लीमेंट करने वाले होंगे, घट्टो घट उन्हां दी राह विच रोड़े अटकाण वाले सरपंच ते नहीं चाहिए ना। जी तो जी फिर कल उन्हां दे कोल एक्सक्यूज हो जाएगा जी, असीं ते फलाने पिंड च भेजा सी जी, उत्थे ते दूजी पार्टी का सरपंच सी, उन्हें साडा काम ही नहीं किया जी, उन्हें साडी स्कीम ही नहीं लागू की जी, उन्हें शगन स्कीम का पैसा ही नहीं पहुंचाया जी, वो तो विचार कर गया, वो तो विचार कर गया। सो दिस इज व्हाट एंटायर सिस्टम हैज टू बी वेरी ट्रांसपेरेंट, एंड दिस पंचायत इलेक्शंस आर गोइंग टू हेल्ड इन पंजाब, बट आई ऑलवेज विश कि दे शुड हेल्ड विद सम रिफॉर्म, बिल्कुल दे शुड बी हेल्ड विद सम रिस्पांसिबिलिटी, ताकि नक्शे कदम पे सरकार ना चले जो पिछले नक्शे कदम पे अकालियां ये सरकार चली है, कुछ ना कुछ रिफॉर्म करे ताकि लोगों को भी लगे कि ठीक है सरकार वचनबद्ध है, भरोसा जता सके। एक छोटी सी गल भी है, जो हरियाणा कर सकता है, हरियाणा कर सकता है, राजस्थान कर सकता है, तो पंजाब क्यों नहीं कर सकता। जो पंजाब तो इज मोर डेवलप्ड, पंजाब अपने बंदे साढ़े होर पढ़े लिखे ने, समझदार ने, तो वाइन एंड विलेज लेवल के उत्ते क्यों नहीं हो सकती है जी। और यह गल हैगी, अगर साढ़े सरपंच पढ़े लिखे होंगे, ट्रांसपेरेंट होंगे, तो पिंडों के कम भी दी एफिशिएंसी भी बढ़ेगी, परफॉर्मेंस भी बढ़ेगी और खुशहाली भी बढ़ेगी, आउटपुट आएगा। बिल्कुल, बहुत बहुत धन्यवाद मिस्टर शर्मा, ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਾ, ਥੈਂਕ ਯੂ ਵੈਰੀ ਮੱਚ ਫੋਰ ਯੂਰ ਪ੍ਰੀਸ਼ੀਅਸ ਟਾਈਮ। ਅਤੇ ਹੁਣ ਸਮਾਂ ਹੈਗਾ ਜੀ ਤੁਹਾਡੀ ਕਾਲਸ ਲੈਣ ਦਾ, ਲੇਕਿਨ ਮੈਂ ਇੱਕ ਨਿੱਕੇ ਜਿਹੇ ਵਕਫੇ ਰੁਕ ਰਿਹਾ, ਮੈਂ ਵੇਖ ਪਾ ਰਿਹਾ ਤੁਹਾਡੀ ਕਾਲਾਂ ਆਉਣੀ ਸ਼ੁਰੂ ਹੋ ਚੁੱਕੀ ਹੈ, ਮੈਂ ਹੋਲਡ ਦੇ ਉੱਤੇ ਪਾ ਰਿਹਾ, ਲੇਕਿਨ ਬ੍ਰੇਕ ਤੋਂ ਬਾਅਦ ਮੈਂ ਵਾਪਸ ਆਵਾਂਗਾ ਅਤੇ ਮੈਂ ਤੁਹਾਡੀ ਕਾਲਸ ਜ਼ਰੂਰ ਲਵਾਂਗਾ, ਫਿਲਹਾਲ ਰੁਕ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ।